तरन तारण के विधानसभा हलका खेमकरण अधीन पेंदे पिंड करियाला विखे बीते दिनी एक्सीडेंट दौरान गंभीर जख्मी हुए नौजवान आकाशदीप सिंह जो कि सिर दे विच सट लगन कारण बुरी तरह जख्मी होया सी, जिसका इलाज करवाउन लई उसके माता पिता ने उसनू अमृतसर के एक प्राइवेट अस्पताल विखे दाखिल करवाया, जिथे अस्पताल वालिया ने एक ही रात विच उन्हां दा कर बिकवा दिता, पर उस नौजवान का इलाज नहीं होया। पैसों के कारण वह अपने नौजवान पुत्र नू घर विच लै गए, पर घर के हालात वेख के किसी दे भी अखां विच पानी आ जाएगा, क्योंकि घर के हालात बहुत ही माड़े हैं। तरन तारण तो गुरमीत सिंह वलटोहा की रिपोर्ट, लाइव भारत। हस्पताल च धक्के खा के आ गए, घर पूरा भी वेच लिया, जो भैन भरावां नू भी ठग लिया, भैन भरा भी हुण कित्थों लई आउण विचारे, किन्ने जोगे होके भुगती जांदे आ, हुण दवाई दारू नू नहीं पाहा कोल कोई, हुण दवाई दारू तां वी अहीं बैठे आ, ਹੁਣ ਨਿਆਣੇ ਨੂੰ ਤਾਂ ਭੋਰ ਜਿੰਨੀ ਚੀਜ਼ ਖਵਾਈ ਆ, ਮੰਜੀ ਤੇ ਹਾਲਤ ਮੰਦੀ ਹੋਈ ਪਈ ਬੱਚੇ ਦੀ, ਹੁਣ ਕਿੱਥੋਂ ਕਿੱਥੋਂ ਆਈ ਏ ਤੇ ਕਿੱਥੋਂ ਕਿੱਥੋਂ, ਹੁਣ ਹਸਪਤਾਲਾਂ ਚ ਵੀ ਧੱਕੇ ਖਾ ਕੇ ਆ ਗਏ ਆ, ਉਹ ਤੇ ਪਾਹਾ ਹੋਊ ਤੇ ਮੁੰਡਾ ਦਾਖਲ ਹੋਊ, ਭੈਣ ਭਰਾ ਵੀ ਜੋ ਪਿਆਸੀ ਸਿਆਪੀ ਸਾਰੇ ਚੁੱਕ ਕੇ ਅਸੀਂ ਵਿਹਾਰ ਕੇ ਖਾ ਵੀ ਬੱਚੇ ਦੇ ਲਾਤ ਆ, ਬੱਚੇ ਦਾ ਇਲਾਜ ਨੀ ਪੂਰਾ ਹੋਇਆ ਸਾਡੇ ਦਾ। ਕਿੰਨੇ ਦਿਨਾਂ ਤੋਂ ਮੰਜੇ ਤੇ ਆ ਬੱਚਾ? ਇਹ ਹੋ ਗਏ ਅੱਜ ਮਹੀਨਾ ਹੀ ਹੋ ਚੱਲਿਆ ਵਾ, ਬੱਚੇ ਨੂੰ ਪਏ ਨੂੰ ਇੱਕ ਅੱਖਾਂ ਨੀ ਖੋਲਤਾ, ਨਾ ਬੱਚਾ ਬੋਲਦਾ ਹੀ ਪਿਆ ਵਾ, ਨਾ ਅੰਗ ਪੈਰ ਹੀ ਲਾਉਂਦਾ ਵਾ, ਸਿਰਫ ਢਿੱਡ ਢਿੱਡ ਲਾਉਂਦਾ ਬੱਚਾ। ਕਿੰਨਾ ਹੁਣ ਤੱਕ ਇੱਥੇ ਜਿਹੜਾ ਕਿ ਜਿਹੜਾ ਪੈਸਾ ਹੈ ਉਹ ਘਰ ਵੇਚ ਕੇ ਲੱਗਾ ਹੈਗਾ? ਕਿਸ ਤਰ੍ਹਾਂ ਘਰ ਵੇਚ ਕੇ ਲਾਇਆ? ਭੈਣ ਭਰਾਵਾਂ ਨੇ ਟੂਮਾ ਛੱਲਾ ਸਾਰਾ ਗਹਿਣੇ ਪਾ ਕੇ, ਭੈਣ ਭਰਾਵਾਂ ਨੇ ਜੋ ਬੱਕਰੀ ਮੱਝ ਬਚਾ ਵੇਚ ਕੇ ਵਿਚਾਰੇ ਦੇ ਬੱਚੇ ਦੇ ਲਾਇਆ ਵਾ, ਪਰ ਇਲਾਜ ਪੂਰਾ ਨੀ ਹੋਇਆ ਬੱਚੇ ਦਾ, ਨਾ ਬੱਚਾ ਖੋਲਦਾ ਅੱਖਾਂ ਤੇ ਨਾ ਬੋਲਦਾ ਬੱਚਾ। ਕਿੰਨੀ ਉਮਰ ਹੈ ਇਹਦੀ? ਤਗੜਾ ਜਵਾਨ ਪਿਆ ਹੋਵੇ, ਮਾਂ ਰੋਂਦੀ ਹੋਵੇ ਤਾਈਆਂ ਬਲ ਬਲ ਕੇ, ਮੈਨੂੰ ਹੋਰ ਕੋਈ ਨੀ ਚਾਹੀਦਾ, ਮੇਰਾ ਬੱਚਾ ਬਜਣਾ ਚਾਹੀਦਾ, ਕਿੱਥੇ ਕਿੱਥੇ ਭੈਣ ਭਰਾ ਸੁਣਦੇ ਕਹਿੰਦੇ ਮੇਰੀ ਸ਼ੇਅਰ ਕਰਕੇ ਮੇਰੇ ਬੱਚੇ ਨੂੰ ਬਜਾਓ, ਮੈਨੂੰ ਹੋਰ ਕੁਛ ਨੀ ਚਾਹੀਦਾ, ਮੈਨੂੰ ਹੋਰ ਕੁਛ ਨੀ, ਮੇਰੇ ਬੱਚੇ ਦੀਆਂ ਅੱਖਾਂ ਖੁੱਲ ਜਾਣ, ਬੱਚਾ ਬੋਲਣ ਲੱਗ ਪਏ, ਮੈਨੂੰ ਹੋਰ ਕੁਛ ਨੀ ਚਾਹੀਦਾ, ਮੇਰਾ ਬੱਚਾ ਬਚਣਾ ਚਾਹੀਦਾ, ਮੈਨੂੰ ਹੋਰ ਕੁਛ ਨੀ ਚਾਹੀਦਾ। ਨਾ ਚੱਲਿਆ ਜੀ, ਕੀ ਕਾਰਨ ਕੀ ਹੈ? ਕਾਹਤੋਂ ਕਾਰਨ? ਇਸ ਤਰ੍ਹਾਂ ਹੀ ਆਉਣ ਡੇ ਕੰਮ ਤੋਂ, ਆਉਣ ਡੇ ਤੇ ਐਕਸੀਡੈਂਟ ਹੋਇਆ, ਕੁੜਕਾ ਵੱਜੀ ਆ ਵਿੱਚ, ਤੇ ਕੁੜਕਾ ਵੱਜਾ ਸਾਨੂੰ ਪਤਾ ਨੀ ਲੱਗਿਆ, ਦੋ ਢਾਈਆਂ ਘੰਟਾ ਪਤਾ ਪਤਾ ਲੱਗਾ ਜਾ ਚੁੱਕਿਆ ਕਦੋਂ, ਅਸੀਂ ਪੱਟੀ ਤੋਂ ਤੁਰੇ ਧੱਕੇ ਖਾਣ ਹਸਪਤਾਲਾਂ ਦੇ, ਪ੍ਰਾਈਵੇਟ ਹਸਪਤਾਲ ਸਰਕਾਰੀ ਕਿੰਨੇ ਸਾਰੇ ਧੱਕੇ ਖਾ ਲਏ, ਜੋ ਕੁਛ ਹੋਇਆ ਅਸੀਂ ਸਭ ਕੁਝ ਲਾ ਤਾ ਵੇਚ ਵੱਟ ਲਿਆ, ਹੁਣ ਸਾਡੇ ਤੋਂ ਕੱਖ ਨੀ ਰਹੇ ਆ, ਭੈਣ ਭਰਾਵਾਂ ਨੇ ਜੋ ਟੋਮ ਛੱਲਾ ਜੋ ਡੰਗਰ ਵੱਛਾ ਵੇਚ ਕੇ ਸਾਡੇ ਪਿੱਛੇ ਲਾ ਤੇ, ਪਰ ਹੁਣ ਸੱਤ ਅੱਠ ਲੱਖ ਦੇ ਥੱਲੇ ਆ ਗਿਆ ਮੈਂ, ਮੇਰੇ ਪੱਲੇ ਕੱਖ ਨੀ, ਹੁਣ ਡਾਕਟਰਾਂ ਨੇ ਜਵਾਬ ਦੇ ਤਾ। ਕਿੰਨੇ ਦਿਨਾਂ ਤੋਂ ਘਰ ਪਿਆ ਮੁੰਡਾ? ਚਾਰ ਦਿਨ ਹੋ ਗਏ, ਪੰਜ ਦਿਨ ਘਰ ਪਏ ਨੂੰ, ਘਰੇ ਪਏ ਨੂੰ, ਤੇ ਕੋਈ ਖਾਂਦਾ ਪੀਂਦਾ ਕੱਖ ਨੀ, ਆ ਨਾਲੀਆਂ ਰਾਹੀਂ ਪਾਣੀ ਘੁੱਟ ਦੇ ਆਸਰੇ। ਇੱਕ ਆ ਜਿਹੜਾ ਤੁਸੀਂ ਕੋਠੇ ਥੱਲੇ ਪਾਏ, ਜਿਹਦੇ ਕੀ ਕਾਰਨ? ਕੀ ਕੋਠੇ ਕਾਰਨ ਜੀ? ਇਧਰ ਤਰਪਾਲ ਜੀ ਪਾ ਜੇ ਜੀ ਟਾਈਮ ਕੱਢਦੇ ਆ। ਅੱਛਾ, ਤੇ ਰੋਟੀ ਪਾਣੀ ਦਾ ਕਿਸ ਤਰ੍ਹਾਂ ਗੁਜ਼ਾਰਾ? ਰੋਟੀ ਪਾਣੀ ਇਸ ਤਰ੍ਹਾਂ ਟਾਈਮ ਮੰਗ ਕੇ ਖਾ ਲੈਂਦੇ, ਇੱਕ ਕਣਕ ਪੱਠਾ ਆ ਵੇਚ ਲਿਆ। ਕੀ ਮੰਗ ਕਰਦੇ? ਮੰਗ ਇਹੋ ਕਰਦੇ, ਸਾਡੀ ਬੇਨਤੀ ਹੱਥ ਜੋੜ ਕੇ ਸਾਡੇ ਪੁੱਤ ਦੀ ਕੋਈ ਮਦਦ ਕਰ ਦੇਣਾ। ਕੀ ਨਾਮ ਬਾਈ ਤੁਹਾਡਾ? ਜੋਗਿੰਦਰ ਸਿੰਘ ਜੀ। ਕੀ ਗੱਲ ਹੋਈ ਆ ਬੱਚੇ ਨੂੰ? ਬੱਚੇ ਦਾ ਸਰਦਾਰ ਜੀ ਐਕਸੀਡੈਂਟ ਹੋਇਆ। ਅੱਛਾ, ਤੇ ਮੰਜੇ ਤੇ ਘਰੇ ਪਾਇਆ? ਕਾਹਤੋਂ ਪਾਇਆ? ਸਰਦਾਰ ਜੀ ਬੜਿਆ ਹਸਪਤਾਲਾਂ ਦੋ ਤਿੰਨਾਂ ਦੇ ਖੜਿਆ, ਗਰੀਬ ਬੰਦੇ ਇਲਾਜ ਨੀ ਹੋਇਆ, ਜਿੰਨੇ ਕੁ ਪੈਸੇ ਤੇਰਾ ਲਾ ਬੈਠੇ, ਘਰ ਵੀ ਗਣੇ ਪਾ, ਇਹ ਤਾਂ ਪਾ ਬੈਠੇ ਘਰ ਵਾਲਾ ਵਿਚਾਰੇ ਗਰੀਬ। ਹੁਣ ਇਲਾਜ ਦੁਖੋ ਮੰਜੇ ਦੇ? ਇਲਾਜ ਦੁਖੋ ਕਰ ਜੀ। ਕੀ ਸਿਰ ਦੇ ਵਿੱਚ ਸਾਟਿਆ? ਸਿਰ ਚ ਸਾਟਿਆ ਸਰਦਾਰ ਜੀ। ਕੀ ਮੰਗ ਕਰਦੇ ਹੁੰਦੇ? ਇਹੋ ਮੰਗ ਕਰਦੇ ਜੀ, ਗਰੀਬ ਆਦਮੀ ਆ, ਜਾਂ ਘਰ ਵੀ ਗਹਿਣੇ ਪਾ ਬੈਠਿਆ, ਕੋਈ ਸਹਾਇਤਾ ਕਰਦੇ, ਕੋਈ ਗਰੀਬਾਂ ਦੀ ਤਾਂ ਕੋਈ ਬੱਚਾ ਬਾਜੇ ਇਹਨਾਂ ਦਾ। ਨਾ ਭੈਣ ਜੀ ਤੁਹਾਡੇ ਨਿਰਮਲ, ਇਹਦਾ ਬੱਚਾ ਜਿਹੜਾ ਮੰਜੇ ਤੇ ਪਿਆ ਏ, ਕੀ ਗੱਲ ਹੋਈ ਇਹਨੂੰ? ਇਹ ਭਾਜੀ ਡਾਕਟਰਾਂ ਨੇ ਪਾਹਾ ਤੇ ਲੈ ਲਿਆ ਵਾ, ਇਲਾਜ ਨਹੀਂ ਹੋਇਆ। ਕੀ ਬੱਚਾ ਸਾਡੇ ਜਵਾਬ ਦੇ ਤਾਂ ਘਰ ਲੈ ਆ, ਕੀ ਸਾਡਾ ਪੈਸੇ ਤੇ ਲਿੱਥੋ ਕੋ ਬੱਚਾ ਪਿਆ ਵਾ? ਕੀ ਦੱਸਦੇ ਡਾਕਟਰ? ਕਿੱਥੇ ਸੱਟ ਸਿਰ? ਡਾਕਟਰ ਸਾਨੂੰ ਦੱਸਦੇ ਕੁਛ ਨਹੀਂ ਗੇ। ਕਿੰਨੇ ਦਿਨ ਤੋਂ ਮੰਜੇ ਤੇ ਇੱਥੇ ਜੀ? ਅੱਜ ਮਹੀਨਾ ਹੀ ਹੋ ਚੱਲਿਆ। ਮਹੀਨਾ ਹੋ ਗਿਆ ਇਸ ਤਰ੍ਹਾਂ ਮੰਜੇ ਤੇ ਪਿਆ? ਇਸ ਤਰ੍ਹਾਂ ਹੀ ਪਿਆ। ਕੀ ਮੰਗ ਕਰਦੇ ਤੇ? ਆਇਆ ਨੇ ਸਾਡਾ ਬੱਚਾ ਬਚਾ ਦੋ, ਰਲ ਮਿਲ ਕੇ ਕੋਈ ਮਦਦ ਕਰਾਓ ਗਰੀਬ।